32 ਸਾਲ ਬਾਅਦ ਫੇਕ ਐਨਕਾਊਂਟਰ ਮਾਮਲੇ 'ਚ ਹੋਈ ਸੁਣਵਾਈ। ਰਿਟਾਇਰਡ ਪੁਲਿਸ ਅਫਸਰਾਂ ਨੂੰ ਕੋਰਟ ਨੇ ਕੀਤਾ ਦੋਸ਼ੀ ਕਰਾਰ। ਇੱਕ ਦੋਸ਼ੀ ਰਿਟਾਇਰਡ ਐਸਪੀ ਦੀ ਹੁਣ ਹੋ ਚੁੱਕੀ ਹੈ ਮੌਤ। ਸਾਲ 1992 ਦੇ ਵਿੱਚ ਹੋਇਆ ਸੀ ਫੇਕ ਐਨਕਾਊਂਟਰ। 20 ਸਾਲ ਤੋਂ ਵੱਧ ਤੱਕ ਕੇਸ ਤੇ ਲੱਗਿਆ ਹੋਇਆ ਸੀ ਸਟੇ। 1995 ਚ ਸੀਬੀਆਈ ਕੋਲ ਪਹੁੰਚਿਆ ਸੀ ਇਹ ਮਾਮਲਾ। 1999 ਚ ਸੀਬੀਆਈ ਨੇ ਦੋ ਲੋਕਾਂ ਖਿਲਾਫ ਸ਼ੁਰੂ ਕੀਤੀ ਸੀ ਜਾਂਚ। 2002 ਤੋਂ 2023 ਤੱਕ ਪੰਜਾਬ ਹਰਿਆਣਾ ਹਾਈ ਕੋਰਟ ਚ ਲੱਗਿਆ ਸੀ ਸਟੇ। ਹੁਣ 32 ਸਾਲਾਂ ਬਾਅਦ ਕੋਰਟ ਨੇ ਦੋ ਰਿਟਾਇਰਡ ਅਫਸਰਾਂ ਨੂੰ ਦੋਸ਼ੀ ਕੀਤਾ ਕਰਾਰ। 99 ਦਾ ਹੀ 4/10/1992 ਨੂੰ ਇੱਕ ਬਲਵਿੰਦਰ ਸਿੰਘ ਨਾਂ ਦਾ ਸ਼ਖਸ ਜਿਹਦਾ ਪਿੰਡ ਝਬਾਲ ਸੀ, ਉਸਦੀ ਪਹਿਲੋਂ ਜਿਹੜੀ ਵਾਈਫ ਸੀ ਰਜਵੰਤ ਕੌਰ ਅਤੇ ਉਸਦੀ ਮਦਰ ਨੂੰ ਜਿਹੜੀ ਆ ਥਾਣਾ ਝਬਾਲ ਦੀ ਪੁਲਿਸ SI ਅਮਰਜੀਤ ਸਿੰਘ ਅਤੇ DSP ਅਸ਼ੋਕ ਕੁਮਾਰ ਜਿਹੜਾ ਉਸ ਟਾਈਮ ਘਰੋਂ ਚੁੱਕ ਕੇ ਲੈ ਗਏ ਸੀ ਅਤੇ ਉਸ ਸ਼ਾਮ ਨੂੰ ਉਹਨਾਂ ਨੂੰ ਨਾਲ ਲਿਆ ਕੇ ਬਲਵਿੰਦਰ ਸਿੰਘ ਨੂੰ ਜਿਹੜਾ ਵਾ ਉਹਦੇ ਲਾਗੇ ਗੁਆਂਢੀਆਂ ਦੇ ਘਰੋਂ ਅਰੈਸਟ ਕਰਕੇ ਲੈ ਗਏ। ਉਸ ਤੋਂ 4 ਦਿਨ ਬਾਅਦ ਉਹਦੀ ਮਾਤਾ ਨੂੰ ਛੱਡਿਆ ਗਿਆ ਅਤੇ 6-7 ਦਿਨ ਬਾਅਦ ਉਹਦੀ ਪਤਨੀ ਜਿਹੜੀ ਰਜਵੰਤ ਕੌਰ ਸੀ ਉਹਨੂੰ ਛੱਡਿਆ ਗਿਆ। ਉਸ ਤੋਂ ਬਾਅਦ ਉਹ ਰਿਲੀਜ਼ ਹੋਣ ਤੋਂ ਬਾਅਦ 15 ਦਿਨ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਨੂੰ ਥਾਣਾ ਝਬਾਲ ਵਿੱਚ ਰੱਖਿਆ ਗਿਆ ਅਤੇ ਜਿਹੜਾ ਉਸ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਲੱਗਾ। ਜਦੋਂ ਉਹਦਾ ਪਤਾ ਲੱਗਣੋਂ ਹਟ ਗਿਆ ਵੀ ਉਹਨੂੰ ਕਿੱਥੇ ਲੈ ਗਈ ਆ ਪੁਲਿਸ, ਉਸ ਤੋਂ ਬਾਅਦ ਉਹਦੀ ਵਾਈਫ ਨੇ ਜਿਹੜੀ ਆ ਪ੍ਰਾਈਮ ਮਿਨਿਸਟਰ ਅਤੇ ਹੋਰ ਵੱਖ ਵੱਖ ਅਥਾਰਟੀਜ਼ ਨੂੰ ਜਿਹੜੀਆਂ ਐਪਲੀਕੇਸ਼ਨ ਭੇਜੀਆਂ ਅਤੇ ਬਾਅਦ ਦੇ ਵਿੱਚ ਜਦੋਂ 1995 ਦੇ ਵਿੱਚ 497/95 ਦੇ ਵਿੱਚ ਜਿਹੜੀ ਖਾਲੜਾ ਸਾਹਿਬ ਵਾਲੀ ਰਿੱਟ ਸੀ ਉਹਦੇ 'ਚ CBI ਨੂੰ ਜਿਹੜੀ ਇਹਦੀ ਇਨਕੁਆਇਰੀ ਮਾਰਕ ਹੋਈ ਅਤੇ ਉਹਦੇ ਵਿੱਚ ਇਹਦੀ ਜਿਹੜੀ ਆ ਕੇਸ CBI ਨੇ 1997 ਦੇ ਵਿੱਚ FIR ਰਜਿਸਟਰ ਕਰਕੇ ਦੋ ਬੰਦਿਆਂ ਦੇ ਖਿਲਾਫ ਜਿਹੜਾ 1999 ਦੇ ਵਿੱਚ ਚਲਾਣ ਦਿੱਤਾ ਗਿਆ DSP ਅਸ਼ੋਕ ਕੁਮਾਰ ਅਤੇ SI ਅਮਰਜੀਤ ਸਿੰਘ ਜਿਹੜਾ ਥਾਣਾ ਝਬਾਲ ਦਾ ਸੀ ਉਸ ਟਾਈਮ, ਅਤੇ ਇਹ ਬਾਅਦ ਦੇ ਵਿੱਚ SP ਰਿਟਾਇਰ ਹੋਇਆ ਜਿਹਨੂੰ ਅੱਜ 10 ਸਾਲ ਦੀ ਸਜ਼ਾ ਹੋਈ ਹੈ। ਇਹਦੇ ਵਿੱਚ ਇਹ ਵੇਖਣ ਵਾਲੀ ਗੱਲ ਹੈ ਕਿ 32 ਸਾਲ ਲੰਘ ਗਏ। 2001 ਦੇ ਵਿੱਚ ਇਹਦਾ ਜਿਹੜਾ ਪਹਿਲਾ ਵਿਟਨੈਸ ਸਟਾਰਟ ਹੋਇਆ ਸੀ ਜਿਹੜੇ, ਅਤੇ ਲਾਸਟ ਵਿਟਨੈਸ ਜਿਹੜਾ ਇਹਦਾ 2023 ਦੇ ਵਿੱਚ ਹੋਇਆ, ਜਿਹੜਾ ਕਿ ਜਾਣੀ ਕਿ 23 ਸਾਲ ਇਹਦਾ ਐਵੀਡੈਂਸ ਪੂਰਾ ਹੋਣ 'ਤੇ ਹੀ ਲੱਗ ਗਿਆ। ਕਿਉਂਕਿ ਇਹ ਜਿਹੜਾ ਕੇਸ ਆ ਸੁਪਰੀਮ ਕੋਰਟ ਆਫ ਇੰਡੀਆ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 20 ਸਾਲ ਸਟੇ ਰਿਹਾ। ਇਹਦੇ ਵਿੱਚ ਕੁਛ ਇਹੋ ਜਿਹੇ ਵੀ ਗਵਾਹ ਸੀ ਜਿਹੜੇ ਉਸ ਟਾਈਮ ਬਲਵਿੰਦਰ ਸਿੰਘ ਦੇ ਨਾਲ ਕਸਟਡੀ ਦੇ ਵਿੱਚ ਸੀ ਅਤੇ ਜਿਨ੍ਹਾਂ ਦਾ ਚੀਫ ਹੋਇਆ ਸੀ, ਅਤੇ ਪਰ ਇਹ ਜਿਹੜਾ 2002 ਦੇ ਵਿੱਚ ਉਹਨਾਂ ਦਾ ਜਿਹੜਾ ਚੀਫ ਹੋ ਗਿਆ ਸੀ, ਪਰ ਇਹ ਸਟੇ ਹੋਣ ਦਾ ਕਰਕੇ ਕੇਸ ਜਿਹੜਾ 20 ਸਾਲ ਸਟੇ ਰਿਹਾ। ਉਹਨਾਂ ਦੋਵਾਂ ਜਿਹੜੇ ਵਿਟਨੈਸ ਸੀ 20 ਸਾਲਾਂ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਅਤੇ ਜਿਹੜਾ ਉਹਨਾਂ ਨੂੰ ਕ੍ਰੋਸ ਜਿਹੜਾ ਅਕਿਊਜ਼ਾਂ ਦੇ ਵਕੀਲ ਨੇ ਕਰਨਾ ਸੀ ਉਹ ਨਹੀਂ ਕਰ ਸਕੇ। ਅਤੇ ਜਿਹੜਾ ਇੱਕ ਹੋਰ ਵਿਟਨੈਸ ਸੀ 2002 ਦੇ ਵਿੱਚ ਚੀਫ ਉਹਦਾ ਹੋਇਆ ਅਤੇ 2022 ਦੇ ਵਿੱਚ 20 ਸਾਲਾਂ ਬਾਅਦ ਉਹਦਾ ਆਣ ਕੇ ਕ੍ਰੋਸ ਹੋਇਆ। ਇਹ ਇੰਨੀ ਜਿਹੜੀ ਆ ਮਤਲਬ ਇਹ ਕੇਸ ਦੇ ਵਿੱਚ ਡਿਲੇ ਹੋਇਆ ਵਾ ਜਿਹੜਾ ਵੱਖ ਵੱਖ ਕੋਰਟਾਂ ਦੇ ਵਿੱਚ ਸਟੇ ਰਹਿਣ ਦਾ ਕਰਕੇ। ਅਤੇ ਜਿਹੜਾ CBI ਵੱਲੋਂ ਇਹਦੇ ਵਿੱਚ ਜੈ ਹਿੰਦ ਪਟੇਲ
ਤੇ ਅਨਮੋਲ ਨਰੰਗ ਜੀ ਜਿਹੜੇ ਪੇਸ਼ ਹੋਏ ਆ, ਤੇ ਜਿਹੜੇ ਕੰਪਲੇਂਟਡ ਦੀ ਤਰਫੋਂ ਸਾਡੀ ਟੀਮ ਜਿਹੜੀ ਆ ਉਹ ਪੇਸ਼ ਹੋ ਕੇ, ਤੇ ਜਿਹੜਾ 20 ਸਾਲਾਂ ਬਾਅਦ ਇਹ ਅਮਰਜੀਤ ਸਿੰਘ ਜਿਹੜਾ ਇਹ ਅਕਿਊਜ਼ਡ ਸੀ ਉਹਨੂੰ 10 ਸਾਲ ਦੀ 120 ਵੀ ਤੇ 10 ਸਾਲ 364 ਦੇ ਵਿੱਚ ਤੇ 2,00,000 ਰੁਪਈਆ ਜਿਹੜਾ ਵਾ ਉਹ ਜੁਰਮਾਨਾ ਹੋਇਆ। ਤੇ ਇਸ ਤੋਂ ਇਲਾਵਾ ਜਿਹੜਾ ਇਹ DLSA ਨੂੰ ਜਿਹੜਾ ਇਹ ਕੇਸ ਭੇਜਿਆ ਗਿਆ ਕੰਪਨਸੇਸ਼ਨ ਉਹ ਡਿਸਾਈਡ ਕਰਨ।